ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ। ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ? ਚੱਲਦਾ ਕੰਮ ਕੱਦੂ ਦਾ ਦੋਨੋ, ਅਤੇ ਤੇਲ ਲਿਆਈ ਜਾਂਦੇ ਹਾਂ, ਪਾਈ ਜਾਂਦੇ ਹਾਂ। ਰਾਤ ਥੋੜ੍ਹਾ ਮੀਂਹ ਆ ਗਿਆ ਸੀ, ਉਨੇ ਕੁ ਨਾਲ ਚਲੋ ਨਰਮੈਸ਼ ਜੀ ਹੋਈ ਆ ਗਰਮੀ ਦੇ ਵਿੱਚ। ਊਂ ਤਾਂ ਗਰਮੀ ਬਹੁਤ ਜ਼ਿਆਦਾ ਆ ਫਿਰ ਵੀ, ਅਤੇ ਪਰ ਫਿਰ ਵੀ ਥੋੜ੍ਹਾ ਜਿਹਾ ਮੀਂਹ ਤਾਂ ਮੀਂਹ ਹੋਈ ਆ ਯਾਰ, ਹੈ ਨਾ। ਅਤੇ ਕਾਫੀ ਫਰਕ ਪਿਆ ਮੀਂਹ ਪੈਣ ਦੇ ਨਾਲ। ਤੇਲ ਲਿਆਏ ਹਾਂ, ਤੇਲ ਪਾਉਣ ਲੱਗੇ ਹਾਂ ਲੇਲੈਂਡ ਦਾ, ਚੱਲਦਾ ਜਨਰੇਟਰ ਸਵੇਰੇ ਪਾ ਕੇ ਨਹੀਂ ਲਿਆਈਏ। ਤੇਲ ਦਾ ਤਾਂ ਸਿੱਧਾ ਦੁਬਈ ਤੋਂ ਹੀ ਲੈਨ ਪਵਾਈਏ, ਵੀ ਸਾਨੂੰ ਸਿੱਧੀ ਲੈਨ ਪਾ ਦਿਓ ਇੱਥੇ, ਸਿੱਧੀ ਸਿੱਧੀ ਟੈਂਕੀ 'ਚ ਚੱਲੇ, ਫੋਨ ਕਰੇ ਤੇ ਭਰ ਜਿਆ ਕਰੇ, ਰੇਟ ਵੀ ਘੱਟ ਹੋਵੇ, ਸਾਰਾ ਕੁਝ ਘੱਟ ਹੋਵੇ, ਹੈ ਨਾ। ਤੇਲ ਪਾਉਂਦੇ ਆ ਟੈਂਕੀ ਦੇ ਵਿੱਚ, ਤੇ ਆਪਾਂ ਰੋਟੀ ਲੈ ਕੇ ਆਏ ਸੀ ਨਾਲੇ, ਮੈਂ ਕਿਹਾ ਰੋਟੀ ਲੈ ਚੱਲਦੇ ਆ ਨਾਲੇ ਤੇਲ ਲੈ ਚੱਲੇ। ਚੱਲੀ ਜਾਂਦਾ ਕੰਮ ਜਨਰੇਟਰ ਤੇ, ਪਰ ਗਰਮੀ ਫਿਰ ਬਹੁਤ ਜ਼ਿਆਦਾ ਹੋਈ ਹੈ। ਲੈਟ ਆ ਗਈ ਆ ਹੁਣ, ਹੁਣ ਤਾਂ ਇੱਕੋ ਹੀ ਮੋਟਰ ਚੱਲਦੀ ਆ, ਪਰ ਉਹ ਇੱਕ ਮੋਟਰ 'ਤੇ ਤੇਲ ਘੱਟ ਹੀ ਖਾਂਦਾ ਹੈ, ਕੋਈ ਬਾਹਲਾ ਤੇਲ ਨਹੀਂ ਖਾਂਦਾ। ਦੇਖ ਲਓ ਹਰ ਇੱਕ ਚੀਜ਼ ਹਰ ਇੱਕ ਜਗ੍ਹਾ ਕੰਮ ਦੇ ਜਾਂਦੀ ਆ, ਹੈ ਨਾ। ਆਹ ਭਿੰਡੀ ਵਾਲਾ ਖੇਤ ਆਪਣਾ ਕੱਦੂ ਕਰਦੇ ਆ, ਅਤੇ ਉਹ ਖੰਭੇ ਥੱਲਿਓ ਨਾ ਕਦੇ ਵੀ ਟਰੈਕਟਰ ਨਹੀਂ ਵੜਿਆ, ਵੀ ਟਰੈਕਟਰ ਵਾੜ ਕੇ ਬਾਹ ਨਹੀਂ ਹੋਇਆ, ਨਾ ਤਾਂ ਟਰੈਕਟਰ ਵੜਦਾ ਕੋਈ ਐਡਾ ਛੋਟਾ ਹੈ ਨਹੀਂ। ਪਰ ਉਹ ਆਪਣਾ ਬਾਗ ਵਾਲੇ ਨੇ ਕੰਮ ਦੇਤਾ, ਉਹਦੇ ਕਿੱਡਾ ਟਰੈਕਟਰ ਖੜ੍ਹਾ ਰੋਟਾਵੇਟਰ ਨਾਲ, ਉਹਦੇ ਨਾਲ ਕੱਦੂ ਕਰਤਾ ਲਿਆ ਕੇ ਆਰਾਮ, ਹੈ ਨਾ। ਉਹ ਜਨਰੇਟਰ ਬੰਦ ਕਰ ਦੇ, ਸਾਰੇ ਥੋੜ੍ਹਾ ਪਾਣੀ ਆ, ਫਿਰ ਰਾਤ ਨੂੰ ਮੋਟਰ ਬੰਦ ਰੱਖ ਲਈ, ਦਿਮਾਗ ਤੋਂ ਕੰਮ ਲੈ ਲਿਆ ਕਰ। ਇਹ ਤਾਂ ਆਪਾਂ 1500 ਨਾਲ ਲਾ ਰਹੇ ਹਾਂ ਬਾਸਮਤੀ, ਅਤੇ ਚੱਲਦਾ 36 ਆਪਣਾ। ਦੇਖ ਲਓ ਭਿੰਡੀ ਹੋ ਗਈ ਨਾ ਮੈਕਸ ਜਮੀ, ਕਿੰਨਾ ਖਾਦ ਕਿੰਨਾ ਰਿਓ ਬਣਿਆ ਹੁਣ। ਲਓ ਜੀ, ਅੱਜ ਇਹਨੇ ਵੀ ਆਪੋ ਆਪਣਾ ਕੰਮ ਦਿੱਤਾ ਪੂਰਾ, ਇਹਨੇ ਖੰਭੇ ਥੱਲਿਓ ਪਾਇਆ, ਪੂਰਾ ਵਧੀਆ ਕੰਮ ਦਿੱਤਾ। ਉੱਥੇ ਦੋਲੋਂ ਆਪਣੇ ਵੱਡਾ ਖੰਭਾ, ਉੱਥੇ ਵੀ ਇਹਦੇ ਨਾਲ ਕੱਦੂ ਕਰਾਂਗੇ, ਪੂਰਾ ਵਧੀਆ ਬਣਾ ਦੂ ਫਿਰ ਇਹ ਕੱਦੂ ਕਰਨਾ ਇਹਦੇ ਨਾਲ। ਦੇਖ ਲਓ ਵੀ ਹਰ ਇੱਕ ਚੀਜ਼ ਆਪਦੀ ਜਗ੍ਹਾ ਸਹੀ ਕੰਮ ਦੇਈ ਜਾਂਦੀ ਆ ਜਦੋਂ ਲੋੜ ਪੈਂਦਾ ਨਾ। ਅਤੇ ਇਹਨੇ ਦੇਖ ਲਓ ਵਧੀਆ ਰੋਟਾ ਵੇਟਰ ਨਾਲ ਪੂਰਾ ਵਧੀਆ ਥੱਲਿਓ ਸਾਫ਼ ਕਰਿਆ ਖੰਭੇ ਦੇ ਥੱਲੇ। ਕਿੰਨੇ ਮੰਗਦਾ? ਕਿੰਨਾ? ਹਾਂ ਹੈਗਾ ਬੰਦਾ ਆਪਣਾ, ਉਹਨੂੰ ਉਹਨੇ ਆਹ ਗੱਲ ਕਹਿ ਦਿੰਦਾ ਉਹ, ਵੀ ਜਿਹੜੀ ਆਰਤੀ ਵਾਲੀ। ਇੱਥੋਂ ਪੱਕਾ ਤੂੰ ਉੱਚਾ ਕਰਨਾ ਵਾ, ਇੱਥੋਂ ਉੱਚਾ ਕਰ ਦੇਣਾ ਤੂੰ, ਇੱਥੋਂ ਤੂੰ ਪੱਕਾ ਉੱਚਾ ਕਰਨਾ। ਮੈਂ ਤੈਨੂੰ ਦੱਸਤੀ ਗੱਲ, ਹੁਣ ਤੂੰ ਜਿਹੜੇ ਥਾਂ ਨਾ ਰੋਟਾਵੇਟਰ ਉੱਧਰੋਂ ਲੈ ਆਇਆ ਉਹ ਦੇਖ ਉੱਚਾ ਕਰਿਆ ਆ ਤੂੰ, ਦੇਖ ਇੱਥੋਂ ਨਾ ਦੋ ਰੋਟਾਵੇਟਰ ਐਂ ਖਿੱਚ ਕੇ ਲੈ ਕੇ ਜਾ ਲੰਬੇ ਲੋਟ ਐਂ,
ਆਰੇ ਜਿਹੜਾ ਉੱਚਾ ਜਿਹਾ ਨਹੀਂ ਪਿਆ, ਐਂ ਦੱਬ ਕੇ ਲੈ ਜਾ ਉੱਧਰ ਨੂੰ, ਐਂ ਵਿੱਚ ਜਿਹਨੂੰ ਅੱਧਾ ਪੱਧਰ ਹੋ ਜੂਗਾ। ਅੱਜ ਕੱਦੂਆਂ ਦਾ ਵੀ ਭੋਗ ਪਾਤਾ, ਕੱਦੂਆਂ ਦਾ ਵੀ ਕੱਦੂ ਕਰਤਾ ਅੱਜ, ਕਿਉਂਕਿ ਉੱਤਰ ਨੂੰ ਜਮ੍ਹਾਂ ਹੀ ਬੰਦ ਹੋ ਗਏ ਸੀਗੇ, ਬੇਲ ਬਾਹਲੀ ਭਾਰੀ ਹੋ ਗਈ ਸੀਗੀ ਅਤੇ ਉੱਤਰ ਨੂੰ ਜਮ੍ਹਾਂ ਹੀ ਬੰਦ ਹੋ ਗਏ ਅਤੇ ਚੌਲ ਦੱਬੀ ਜਾਂਦੇ ਸੀ ਸਾਈਡਾਂ 'ਤੇ ਨੂੰ, ਆਹ ਆਪਣਾ ਅਗੇਤੇ ਚੌਲ ਸੀਗੇ ਉਹਨਾਂ ਨੂੰ ਦੱਬੀ ਜਾਂਦੇ ਗਾਹਾਂ ਨੂੰ ਵੱਧ ਵੱਧ ਕੇ, ਅਤੇ ਉੱਤਰ ਨੂੰ ਤਾਂ ਇੰਨਾ ਕੁ ਹੋ ਗਏ ਸੀਗੇ ਵੀ ਦੋ ਦਿਨਾਂ ਬਾਅਦ ਇੱਕ ਅੱਧਾ ਲਿਫਾਫਾ ਹੁੰਦਾ ਸੀ ਦੋ ਤਿੰਨ ਦਿਨਾਂ ਬਾਅਦ, ਤਾਂ ਕਰਕੇ ਮੈਂ ਕਿਹਾ ਤੁਸੀਂ ਵਾਹ ਕੇ ਇਹਨਾਂ ਕੱਦੂ ਕਰੋ, ਝੋਨਾ ਵਧੀਆ ਹੋ ਜਾਣਾ ਆਪਣਾ, ਵਿੱਚੀ ਲੱਤੜ ਅਤੇ ਵਿੱਚੀ ਮਟੀਰੀਅਲ ਹੋ ਗਿਆ। ਚਲੋ ਸਾਰਾ ਕੁਛ ਵਿੱਚੀ ਰਗੜਿਆ ਗਿਆ, ਕੋਈ ਦਿੱਕਤ ਨਹੀਂ ਹੁਣ। ਅੱਜ ਚੱਲਦੀ ਆ ਬਜਾਈ 1847 ਦੀ, ਆਪਣੇ ਕੋਲ ਤਾਂ ਪਨੀਰੀ ਹੈ ਨਹੀਂ ਸੀਗੀ ਪਰ ਆਪਾਂ ਕਿਸੇ ਤੋਂ ਲੈ ਲਈ ਪਨੀਰੀ, ਅਤੇ ਆਪਣਾ ਮਿੱਤਰ ਸੀਗਾ ਉਹਦੇ ਕੋਲੋਂ, ਆਹ 1.5 ਕਿੱਲਾ ਵੈਸੇ ਲਾ ਦਈਏ, ਮੈਂ ਕਿਹਾ ਲਾ ਕੇ ਦੇਖੀਏ, ਆਪਾਂ ਅੱਜ ਤੱਕ ਕਦੀ ਮਸ਼ੀਨ ਨਾਲ ਤਾਂ ਪਨੀਰੀ ਲਾਈ ਨਹੀਂ, ਪਰ ਪਨੀਰੀ ਨਾ ਉੱਨੀ ਵਧੀਆ ਨਹੀਂ ਹੈਗੀ ਜਿੰਨੀ ਵਧੀਆ ਹੋਣੀ ਚਾਹੀਦੀ ਸੀ, ਪਨੀਰੀ 'ਚ ਗੱਠ ਜਿਹੀ ਬਣੀ ਹੋਈ ਆ। ਅਤੇ ਚਲੋ ਮੈਂ ਕਿਹਾ ਹੌਲੀ ਹੌਲੀ ਲਾ ਦੇ ਕੋਈ ਗੱਲ ਨਹੀਂ, ਜਿੰਨਾ ਕੁ ਲੱਗਦਾ ਦੇਖੀ ਜਾਓ, ਹੋਰ ਕੀ ਆ। ਇਹ ਲਾ ਕੇ ਫੇਰ ਪਿੱਤਰ ਹੋਣੀ ਉੱਧਰ ਜਾਣਗੇ ਦੋਲੋਂ, ਦੋਲੋਂ ਲਾਉਂਦੇ ਹਾਂ ਜਾ ਕੇ ਉੱਥੇ, ਉੱਥੇ ਲਵਾਈ ਕਰਦੇ ਹਾਂ ਫਿਰ, ਉੱਥੇ ਤਾਂ ਆਪਣੀ 26 ਲਾਉਣੀ ਆ। ਮੈਂ ਕਿਹਾ ਇਹ ਖੱਤੇ ਨੂੰ 1847 ਲਾ ਦਿੰਦੇ ਹਾਂ, ਦੇਖ ਲਾਂਗੇ ਥੋੜ੍ਹੀ ਜਿਹੀ ਬਾਸਮਤੀ ਵੀ ਚਾਹੀਦੀ ਆ, ਜਿਵੇਂ ਆਪਾਂ ਹੁਣ ਬਾਸਮਤੀ ਲਾਤੀ 18, ਆਹ ਹੋ ਗਿਆ 1.5 ਕਿੱਲਾ 1847 ਦਾ, ਅਤੇ 3 ਕਿੱਲੇ ਇਕੱਲਾ, ਅਤੇ 3, 4, 5, 6, 7, 8, 9, 8 ਕੁ ਕਿੱਲੇ ਦੇ ਨੇੜੇ ਬਾਸਮਤੀ ਹੋ ਜਾਣੀ ਆਪਣੀ ਆਹ ਮਿਲਾ ਕੇ ਸਾਰੀ, ਇੰਨੀ ਕੀ ਪਿਛਲੀ ਵਾਰ ਦੀ, ਪਿਛਲੀ ਵਾਰ 10 ਸੀਗੇ ਪੂਰੇ, ਅਤੇ 1509 ਲਾਤੀ ਆ ਥੋੜ੍ਹੀ ਜਿਹੀ, 7-8 ਕਿੱਲੇ 1509 ਦੇ ਲੱਗ ਗਏ, 1.5 ਕਿੱਲਾ ਲੱਗ ਗਿਆ। ਪਨੀਰੀ ਕਿੰਨੀ ਬਚੀ ਆ, ਕਿੱਲੇ ਦੀ ਤਾਂ ਨਹੀਂ ਹੋਣੀ, ਪਰ ਐਂ ਕਰਿਓ ਜਿੰਨੀ ਆਪਣੇ ਇੱਥੇ 2-3 ਮਿੰਟ ਰੱਖ ਦਿਓ ਵਾਧੂ 4, ਠੀਕ ਆ, ਬਾਕੀ ਉਹਦੇ ਉੱਥੇ ਲਾ ਕੇ ਚੱਲ ਜਿਓ, ਹਾਂ ਐਵੇਂ ਆਪਾਂ ਵਾਧੂ ਨਾ ਲੈ ਕੇ ਜਾਇਓ, ਖਰਾਬ ਨਾ ਕਰਿਓ ਵਾਧੂ। ਹਾਂ ਕਿਉਂਕਿ ਜਿੰਨੇ ਇੱਥੇ 2-4 ਮਿੰਟ ਵਾਧੂ ਲਾ ਦਿਓ, 3 ਮਿੰਟ ਜੇ ਵਿੱਚ ਵਿੱਚ ਕਿਤੇ ਲਾਉਣੀ ਵੀ ਲਾ ਲਾਂਗੇ, ਅਤੇ ਬਾਕੀ ਪਨੀਰੀ ਉਹਦੇ ਲਾ ਜਿਓ, ਆਪਣਾ ਆਹ ਖੱਤਾ ਪੂਰਾ ਹੋ ਗਿਆ ਬਸ ਠੀਕ। ਹਾਂ ਕਿੰਨੇ ਮਿੰਟ ਲੱਗ ਗਏ, ਗਿਣਤੀ ਕਰੀ ਆ, 160 ਨਹੀਂ, ਸਾਰੇ ਕਿੰਨੇ ਲੈ ਕੇ ਆਏ ਸੀ,
ਤੇ ਜੇ ਨਾ ਟਰੇਆਂ ਵਾਲੀ ਪਨੀਰੀ ਹੋਵੇ ਆਪਣੇ ਕੋਲੇ, ਜਿਹੜੀ ਟਰੇਆਂ ਦੇ ਵਿੱਚ ਆਪਾਂ ਬੀਜੀ ਸੀਗੀ ਪਨੀਰੀ, ਜੇ ਉਹ ਪਨੀਰੀ ਹੋਵੇ ਤਾਂ ਦਿਹਾੜੀ ਦੇ ਵਿੱਚ ਇਹ 15 ਕਿੱਲੇ ਲਾ ਦਿੰਦੀ ਹੈ ਮਸ਼ੀਨ। ਦੇਖ ਲਓ ਕਿ ਅਸੀਂ ਤਾਂ ਚਲੋ ਹਨੇਰਾ ਜਮਾ ਹੀ ਨਹੀਂ ਕੀਤਾ ਕਦੇ ਵੀ, ਸ਼ਾਮ ਨੂੰ 6 ਵਜੇ ਤੋਂ ਪਹਿਲਾਂ 6 ਵਜੇ ਨੂੰ ਕੰਮ ਬੰਦ ਹੋ ਜਾਂਦਾ ਸੀ, 6 ਵਜੇ ਨੂੰ ਪਿੱਤਰ 12 ਕਿੱਲੇ ਲਾ ਦਿੰਦਾ ਸੀ। ਹਾਂ ਸਵੇਰੇ ਜ਼ਰੂਰ 6:30 ਨੂੰ ਸਟਾਰਟ ਕਰ ਲੈਂਦੇ ਸੀ ਇਹ, ਹੈ ਨਾ। ਅਤੇ ਬੰਦੇ ਹੈਗੇ ਆ ਪੰਜ ਬੰਦੇ ਪਨੀਰੀ ਪੱਟਦੇ ਆ, ਹੈ ਨਾ, 5 ਬੰਦੇ ਪਨੀਰੀ ਪੱਟਦੇ ਐਨ ਉਹ ਕਰ ਲੈਂਦੇ ਸੀ, ਕੋਈ ਉਹ ਦਿੱਕਤ ਨਹੀਂ ਆਉਂਦੀ ਸੀ, ਅਤੇ ਸਾਰਾ ਉਹ ਕੁਛ ਕਰ ਲੈਂਦੇ ਆ, ਹੈ ਨਾ, 5 ਬੰਦੇ। ਅਤੇ 5 ਬੰਦਿਆਂ ਨਾਲ ਪੂਰਾ ਵਧੀਆ ਸਾਰੀ ਜਾਂਦੇ ਸੀਗੇ, 12-13, 12-12 ਕਿੱਲੇ ਲਾਉਂਦੇ ਰਹੇ ਆ, 12 ਕਿੱਲਿਆਂ ਤੋਂ ਕਦੇ ਘੱਟ ਨਹੀਂ ਲਾਇਆ। ਹੁਣ ਤੁਸੀਂ ਦੇਖ ਲਓ ਵੀ ਜੇ ਇੱਕ ਦਿਨ 'ਚ 12 ਕਿੱਲੇ ਲਵਾਉਣੇ ਆ ਤਾਂ ਕਿੰਨੀ ਲੇਬਰ ਚਾਹੀਦੀ ਆ, ਘੱਟੋ ਘੱਟ 50 ਬੰਦਿਆਂ ਤੋਂ ਉੱਪਰ ਲੱਗੂ ਮੈਨੂੰ ਲੱਗਦਾ ਵੀ, ਜੇ 50 ਬੰਦਿਆਂ ਤੋਂ ਉੱਪਰ ਹੋਊਗਾ, ਹੈ ਨਾ, ਤਾਂ ਜਾ ਕੇ 12 ਕਿੱਲੇ ਲੱਗਣਗੇ। ਤਾਂ ਇਹ ਟਿੱਡੀ ਜੀ ਦੇਖ ਲਓ ਇਕੱਲੀ ਲਾ ਦਿੰਦੀ ਆ, ਬਸ ਇਹ ਗੱਲ। ਕੰਮ ਬਹੁਤ ਨਿਬੇੜਦੀ ਆ, ਅਤੇ ਜਿਹੜੇ ਵੀ ਵੀਰ ਇਹਨੂੰ ਲੈ ਸਕਦੇ ਆ ਉਹਨਾਂ ਨੂੰ ਲੈਣਾ ਚਾਹੀਦਾ, ਕਿਉਂਕਿ ਲੇਬਰ, ਮੈਂ ਸੱਚੀ ਕਹਿੰਦਾ, ਮੇਰੇ ਕੋਲ ਦੇਖੋ ਜਿੰਨਾ ਝੋਨਾ ਸੀਗਾ ਮੈਨੂੰ ਲੇਬਰ ਦੀ ਬਿਲਕੁਲ ਟੈਨਸ਼ਨ ਨਹੀਂ ਸੀ, ਬਿਲਕੁਲ ਵੀ 1% ਵੀ। ਹਾਂ ਲੇਬਰ ਜਿਹੜੀ ਆਪਣੇ ਕੋਲ ਆਉਂਦੀ ਆ ਉਹਨਾਂ ਤੋਂ ਕੰਮ ਜ਼ਰੂਰ ਆਪਾਂ ਕਰਵਾਇਆ ਵਾ ਵੀ ਉਹ ਕਰੀ ਗਏ ਆ ਆਪਦਾ, ਵੀ ਜਦੋਂ ਉਹਨਾਂ ਤੋਂ ਤਾਂ ਕੰਮ ਕਰਵਾਉਣਾ ਪੈਂਦਾ ਕਿਉਂਕਿ ਉਹਨਾਂ ਨੂੰ ਗਾਹਾਂ ਵੀ ਕੰਮ ਦੇਣਾ ਹੁੰਦਾ ਨਾ ਆਲੂਆਂ ਮੌਕੇ ਤਾਂ ਕੰਮ। ਅਤੇ ਹਾਂ ਉਹ ਹੋਊਗਾ, ਉਹਨਾਂ ਨੇ 100 ਕਿੱਲੇ ਦੇ ਨੇੜੇ ਆਪਣਾ ਲਾਇਆ ਹੋਊਗਾ, 100 ਤੋਂ ਸਾਰਾ ਰਲਾ ਮਿਲਾ ਕੇ 100 ਮਸ਼ੀਨ ਨਾਲ ਲੱਗ ਗਿਆ ਉਹ, ਬਾਕੀ 100 ਜਾਣੀ ਕਿ ਲੇਬਰ ਨਾਲ ਲੱਗਿਆ ਉਹ, ਬਾਕੀ ਸਾਰਾ ਹੱਥੀਂ ਮਸ਼ੀਨ ਤੋਂ ਹੀ ਲੱਗ ਰਿਹਾ। ਅਤੇ ਗੱਲ ਇਹ ਆ ਕਿ ਇਹਦਾ ਯਾਰ ਕੰਮ ਕਰਨ ਦਾ ਢੰਗ ਬਹੁਤ ਸੋਹਣਾ ਵਾ, ਵਧੀਆ ਕੰਮ ਕਰਦੀ ਆ, ਕੋਈ ਪ੍ਰੋਬਲਮ ਨਹੀਂ ਆਉਂਦੀ, ਹੈ ਨਾ, ਵੀ ਪੂਰਾ ਐਨ ਨਜ਼ਾਰੇਦਾਰ ਕੰਮ ਹੁੰਦਾ ਮਸ਼ੀਨ ਦੇ ਨਾਲ, ਹੈ ਨਾ। ਅਤੇ ਬਹੁਤ ਸੋਹਣੀ ਲਵਾਈ ਆ, ਜ਼ਿਆਦਾਤਰ ਵਧੀਆ ਲਵਾਈ ਮਸ਼ੀਨ ਦੀ ਉਹਦੇ ਨਾਲ ਆ ਆਪਣੀ ਟਰੇਆਂ ਵਾਲੀ ਪਨੀਰੀ ਨਾਲ, ਠੀਕ ਨਹੀਂ। ਆਪਾਂ ਦੇਖੋ ਵੀਰੇ, ਆਪਾਂ ਕਿਸੇ ਮਸ਼ੀਨ ਨੂੰ ਮਾੜਾ ਨਹੀਂ ਕਹਿੰਦੇ, ਕਿਸੇ ਨੂੰ ਚੰਗਾ ਨਹੀਂ ਕਹਿੰਦੇ, ਪਰ ਜਿਹੜੀ ਕਬੋਟਾ ਮਸ਼ੀਨ ਆ ਨਾ, ਇਹਦਾ ਜਿਹੜਾ ਸਪੇਅਰ ਪਾਰਟ ਆ ਉਹ ਸਾਰਾ ਇੱਥੋਂ ਮਿਲਦਾ ਲੋਕਲ, ਠੀਕ ਆ। ਉਹ ਸਾਡੇ ਕੋਲ ਜੈਨਮਾਰ ਸੀਗੀ, ਉਹਦਾ ਸਪੇਅਰ ਪਾਰਟ ਹੀ ਬਾਈ ਹਰ ਰੋਜ਼, ਉਹ 1 ਸਾਲ ਦਾ ਸੀਜ਼ਨ, ਪਹਿਲੇ ਸੀਜ਼ਨ ਉਹ ਚੱਲੀ ਆ ਵਧੀਆ, ਉਦੋਂ ਸੀਜ਼ਨ ਬਾਅਦ ਮੁੜ ਕੇ ਤਾਂ ਉਹਦਾ ਸਾਨੂੰ ਪਤਾ ਕਿ ਕੰਨਾਂ ਨੂੰ ਹੱਥ ਲਵਾ ਤੇ, ਅਤੇ 2-2 ਲੱਖ ਰੁਪਈਆ ਲਾ ਕੇ ਵੀ ਰਿਪੇਅਰ ਕਰਕੇ ਦੇਖੀ ਆ, ਅਤੇ ਉਹ ਨਹੀਂ ਚੱਲਦੀ ਸੀ, ਇੰਨਾ ਰਿਪੋਰਟ ਉੱਤੇ ਖਰਚ ਹੁੰਦਾ ਸੀ ਇੰਨੀ ਰਿਪੇਅਰ ਕਰ ਕਰ, ਠੀਕ ਨਹੀਂ। ਕਿਉਂਕਿ ਉਹਨਾਂ ਨੂੰ ਆਪ ਨੂੰ ਪਤਾ ਨਹੀਂ ਸੀਗਾ ਜਿਨ੍ਹਾਂ ਦੇ ਕੋਲ ਸੀਗੀ, ਉਹ ਕਦੀ ਜੀ ਆਹ ਪਾਤਾ ਜਿਵੇਂ ਕੰਬਾਈਨ ਦੀ ਰਿਪੇਅਰ ਹੁੰਦੀ ਸੀ ਐਵੇਂ ਆਪਾਂ ਰਿਪੇਅਰ ਕਰਾਉਂਦੇ ਹੁੰਦੇ ਸੀਗੇ, 1-1.5 ਲੱਖ ਦਾ ਬਿੱਲ ਬਣਾ ਦੇਣਾ ਅਤੇ ਚੱਲਣੀ ਫੇਰਨੀ, ਫਿਰ ਕਹਿਣਾ ਇੱਥੇ ਲੈ ਆਓ ਜੀ ਇੱਥੇ ਲੈ ਆਓ, ਫਿਰ ਇੱਥੋਂ ਲੈ ਕੇ ਉੱਥੇ ਸਾਨੇ ਵਾਲ ਜਾਣੀ, ਤਾਂ ਉਦੋਂ ਬਾਅਦ ਕਿਤੇ ਹੋਣੀ, ਹੈ ਨਾ। ਅਤੇ ਮਸ਼ੀਨਾਂ ਦੇ ਵਿੱਚ ਨਹੀਂ, ਪਰ ਬੰਦਿਆਂ ਨੂੰ ਆਪ ਨੂੰ ਵੀ ਚਾਹੀਦਾ ਸਮਾਨ ਵੀ ਹੋਵੇ। ਅਤੇ ਹੁਣ ਇਹਦਾ ਵਾ, ਇਹਦਾ ਵੀਰ ਨੇ ਹੁਣ ਆਪਾਂ ਨੂੰ ਪੂਰੀ ਜ਼ਿੰਮੇਵਾਰੀ ਲੈਂਦਾ ਵਾ ਵੀ ਯਾਰ ਤੇਰਾ ਕੁਛ ਨਹੀਂ ਕਦੇ ਹੁੰਦਾ, ਠੀਕ ਨਹੀਂ। ਜੇ ਹੋਊਗਾ ਵੀ ਮੈਂ ਨਵੀਂ ਮਸ਼ੀਨ ਦਾ ਕੱਢ ਕੇ ਪਾ ਦੂੰ, ਹੋਰ ਦੱਸੋ, ਜੇ ਵੀ ਬਲੀ ਤਾਂ ਨਹੀਂ ਕਦੇ ਹੋਣ ਦਿੰਦੇ, ਹੈ ਨਾ। ਅਤੇ ਇਹਦਾ ਸਪੇਅਰ ਪਾਰਟ ਵੀ ਸਸਤਾ, ਜਿਵੇਂ ਉਹਦੀ ਫਿੰਗਰ ਹੀ ਬਹੁਤ ਮਹਿੰਗੀ ਆ, ਅਤੇ ਇਹਦੀ ਫਿੰਗਰ ਸਾਰੀ 70-80 ਰੁਪਏ ਦੀ ਆ, ਉਹਦੀ ਫਿੰਗਰ 400-500 ਦੀ ਆ, ਠੀਕ ਨਹੀਂ, ਇੰਨਾ ਫਰਕ ਪੈ ਜਾਂਦਾ ਵਾ। ਅਤੇ ਤਾਂ ਕਰਕੇ ਆਪਾਂ, ਮੈਂ ਤਾਂ ਉਦੋਂ ਵੀ ਕਬੋਟਾ ਹੀ ਲੈਣੀ ਸੀਗੀ, ਕਬੋਟਾ ਲੈਣ ਦੇ ਵਿੱਚ ਹੀ ਸੀਗੇ ਆਪਾਂ ਹੱਕਦਾਰ, ਉਦੋਂ ਕਬੋਟਾ ਮਿਲੀ ਨਹੀਂ ਕਿਉਂਕਿ ਉਦੋਂ ਕਬੋਟਾ ਬੁੱਕ ਸੀਗੀਆਂ ਜਿੰਨੀਆਂ ਉਦੋਂ ਆਉਂਦੀਆਂ ਥੋੜ੍ਹੀਆਂ ਸੀ, ਆਪਾਂ ਉਦੋਂ ਕਰੋਨਾ ਮੌਕੇ 2019 ਦੇ ਵਿੱਚ ਉਦੋਂ ਲਈਆਂ ਸੀਗੀਆਂ,
ਉਦੋਂ ਜਿੰਨੀਆਂ ਸੀਗੀਆਂ ਉਹ ਬਹਿ ਗਈਆਂ ਸੀ, ਹੈ ਨਾ। ਮੁੜ ਕੇ ਜਿਹੜੀ ਆਉਣੀ ਸੀ ਕਬੋਟਾ ਉਹ ਕਹਿੰਦੇ ਸੀ ਬਾਅਦ 'ਚ ਆਉਣੀ ਆ, ਵੀ ਇਹਦੇ ਨਾਲ ਗੱਲ ਹੋਈ ਸੀ ਪਰ ਫਿਰ ਆਪਾਂ ਨੂੰ ਮਿਲੀ ਨਹੀਂ। ਫਿਰ ਜ਼ੈਨਮਾਰ ਮਿਲ ਗਈ ਸੀ, ਉਹ ਲੈ ਲਈ। ਜ਼ੈਨਮਾਰ ਵੀ ਆਪਾਂ ਨੂੰ 15 ਲੱਖ ਰੁਪਏ 'ਚ ਪਈ ਸੀ, ਦੇਖ ਲਓ ਉਸ ਟਾਈਮ। ਵਧਾ ਕੇ ਦਿੱਤਾ ਉਹਨਾਂ ਨੇ ਰੇਟ, ਕਿਉਂਕਿ ਹੋਰ ਕੋਈ ਹੱਲ ਹੈ ਨਹੀਂ ਸੀ, ਰੇਟ ਪੂਰਾ ਵਧਾ ਕੇ ਦਿੱਤਾ। ਅਤੇ ਆਹ ਮਸ਼ੀਨ ਹੁਣ ਆਪਾਂ ਲਈ ਆ 13,75,000 ਦੀ, ਹੈ ਨਾ। ਅਤੇ ਕਿੰਨਾ ਫਰਕ ਪੈ ਗਿਆ ਦੇਖ ਲਓ ਇਹਦਾ ਇਹਦਾ ਅਤੇ ਉਹ ਦੂਜੀਆਂ ਮਸ਼ੀਨਾਂ ਦਾ। ਇੱਦਾਂ ਬਹੁਤ ਫਰਕ ਆ ਵੀਰੇ, ਕੋਈ ਵੀ ਵੀ ਮਸ਼ੀਨ ਦੀ ਲਵਾਈ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ। ਜੇ ਤੁਹਾਡੇ ਕੋਲ ਮਸ਼ੀਨ ਆ, ਜਿਹੜਾ ਬੰਦੇ ਜਿਹੜੇ ਵੀਰ ਤਾਂ 50-60 ਕਿੱਲਿਆਂ ਦੀ ਖੇਤੀ ਕਰਦੇ ਆ, ਜਿਨ੍ਹਾਂ ਨੇ ਬਾਹਰ ਨਹੀਂ ਲਾਉਣੇ, ਉਹ ਤਾਂ ਸਿਰਫ 6 ਲਾਈਨਾਂ ਵਾਲੀ ਛੋਟੀ ਮਸ਼ੀਨ ਲੈ ਲਓ, ਠੀਕ ਆ। ਟਰੇਆਂ ਲੈ ਲਓ, ਟਰੇਆਂ ਇਹ ਵੀਰ ਘਰ ਆ ਕੇ ਭਰ ਜਾਂਦੇ ਆ ਚੁੱਪ ਕਰਕੇ। ਅਤੇ ਨਹੀਂ 3-4 ਘਰ ਰਲ ਕੇ ਪਨੀਰੀ ਵਾਲੀ ਮਸ਼ੀਨ ਲੈ ਲਓ, ਨਾਲ ਟਰੇਆਂ ਆਪਦੀਆਂ ਲੈ ਲਓ, ਆਪਦੀਆਂ ਛੋਟੀਆਂ ਛੋਟੀਆਂ ਮਸ਼ੀਨਾਂ ਲੈ ਲਓ। ਜਿਹੜੇ ਕੋਲ ਜ਼ਿਆਦਾ ਆ ਵੀਰੇ ਕੋਲ ਕੰਮ, ਉਹ ਆਪਦੀਆਂ ਜ਼ਿਆਦਾ ਵੱਡੀਆਂ ਲੈ ਸਕਦਾ। ਅਤੇ ਜਿਹੜੇ ਵੀਰਾਂ ਦਾ ਹੈਗਾ 100 ਕਿੱਲੇ ਤੋਂ ਉੱਪਰ ਕੰਮ, ਉਹ ਵੀਰ ਆਹ ਵੱਡੀ ਮਸ਼ੀਨ ਲੈ ਲੈਣ, ਠੀਕ ਨਹੀਂ। ਇਹ 100 ਕਿੱਲਾ ਆਪਦਾ ਲਾ ਕੇ, ਹੁਣ ਵੀਰੇ ਸਾਡੇ ਇਹਨੇ ਘੱਟੋ ਘੱਟ 250 ਤੋਂ ਉੱਪਰ ਕਿੱਲਾ ਚੌਲ ਲਾਤਾ ਹੋਊਗਾ, 2-250 ਦੇ ਵਿੱਚ ਚੌਲ ਲੱਗ ਗਿਆ, ਉਹ 250 ਦੇ ਨੇੜੇ ਤੇੜੇ ਚੌਲ ਲੱਗ ਗਏ ਹੁਣ। ਅਤੇ ਪੂਰਾ ਵਧੀਆ ਕੰਮ ਕੀਤਾ ਵੀਰੇ ਇਹਨੇ ਮਸ਼ੀਨ ਨੇ, ਹੈ ਨਾ। ਕਿ ਮੈਨੂੰ ਤਾਂ ਅੱਗੇ ਵੀ ਮਸ਼ੀਨ ਪਸੰਦ ਆ, ਜਿਹੜੇ ਵੀ ਵੀਰ ਨੇ ਲਾਇਆ ਪਹਿਲੀ ਵਾਰ ਮਸ਼ੀਨ ਵਾਲਾ ਝੋਨਾ, ਉਹ ਵੀਰੇ 26 ਦਾ ਅੱਡ ਹੀ ਸਵਾਦ ਆ। ਮੈਂ ਤੁਹਾਨੂੰ ਦਿਖਾਊਂਗਾ, ਹਜੇ ਮੈਂ ਥੋੜ੍ਹਾ ਇੱਧਰ ਬੀਜੀ ਹੁੰਦਾ ਵੀ ਝੋਨੇ ਦਾ ਕੰਮ ਮੁਕਾ ਦਈਏ, ਹੈ ਨਾ, ਵੀ ਰੋਟੀ ਪਾਣੀ ਸਵੇਰੇ ਸਵੇਰੇ ਦੇਣਾ ਹੁੰਦਾ, ਕਿਉਂਕਿ ਹਜੇ ਕੋਈ ਬੰਦੇ ਵਿਹਲੇ ਨਹੀਂ ਹੈਗੇ। ਨਹੀਂ ਤਾਂ ਫਿਰ ਜਦੋਂ ਵਿਹਲ ਹੋ ਗਿਆ ਫਿਰ ਤਾਂ ਆਪਣਾ ਕਮਲ ਆ ਉਹ ਰੋਟੀ ਫੜਾਉਣ ਲੱਗ ਜਾਂਦਾ, ਫਿਰ ਮੇਰੇ ਗੇੜੇ ਮਗਰ ਵੱਜਣੇ ਸ਼ੁਰੂ ਹੋ ਜਾਂਦੇ ਆ, ਮਗਰ ਮੋਟਰਾਂ 'ਤੇ ਜਾਣਾ ਕਰਨਾ ਸਾਰਾ ਕੁਝ ਆਪਣਾ, ਫਿਰ ਉਹ ਡਿਊਟੀ ਚੱਲ ਪੈਂਦੀ, ਹੈ ਨਾ। ਅਤੇ ਹਜੇ ਤਾਂ ਕਰਕੇ ਮੇਰੇ ਤੋਂ ਜਾ ਨਹੀਂ ਹੁੰਦਾ ਹੈਗਾ, ਕਿ ਜਾਣਾ ਹੈਗਾ ਪਰ ਵੀਡੀਓ ਬਣਾਉਣ ਦਾ ਟਾਈਮ ਨਹੀਂ ਹੁੰਦਾ ਕਿ ਹਾਂ ਮੈਂ ਵੀਡੀਓ ਬਣਾ ਲਵਾਂ ਝੋਨੇ ਦੀ। ਅਤੇ ਮੈਂ ਤੁਹਾਨੂੰ ਦਿਖਾਊਂਗਾ ਵੀਰੇ, ਆਪਾਂ ਯੂਰੀਆ 'ਤੇ ਇਕੱਲਾ ਜਿੰਕ ਪਾਇਆ ਵਾ, 2-2 ਗੱਟੂ ਪਏ ਹੋਏ ਆ, ਕਿਸੇ ਮੋਟਰ 'ਤੇ ਸ਼ਾਇਦ 3 ਪੈ ਗਏ ਨਹੀਂ, 2-2 ਜਾਂ 2.5-2.5 ਗੱਟੂ ਹੀ ਪਏ, 2-2 ਗੱਟੂ ਹੀ ਜ਼ਿਆਦਾ ਪਏ, 3-3 ਤਾਂ ਹਜੇ ਪਏ ਹੀ ਨਹੀਂ ਹੈਗੇ, ਹੈ ਨਾ। ਅਤੇ ਵੀ ਤੁਸੀਂ ਦੇਖ ਲਓ ਵੀ ਇੰਨਾ ਫਰਕ ਪੈਂਦਾ ਵਾ ਮਸ਼ੀਨ ਦਾ ਅਤੇ ਹੈਗਾ। ਕਈ ਵੀਰ ਕਹਿੰਦੇ ਆ ਸਾਡਾ ਝੋਨਾ ਹੀ ਨਹੀਂ ਚੱਲਿਆ, ਹੈ ਨਾ। ਜਿਹੜੇ ਵੀਰ, ਬਹੁਤ ਵੀਰ ਕਹਿੰਦੇ ਆ ਮੈਨੂੰ ਫੋਨ ਕਰਕੇ, ਵੀਰੇ ਸਾਡਾ ਝੋਨਾ ਨਹੀਂ ਚੱਲਿਆ, ਵੀਰੇ ਝੋਨਾ ਤਾਂ ਗਰਮੀ ਕਾਰਨ ਨਹੀਂ ਚੱਲਿਆ। ਪਰ ਗੱਲ ਇਹ ਆ ਕਿ ਜਿਹੜਾ ਸਾਡੇ ਏਰੀਏ ਦੇ ਵਿੱਚ ਨਾ ਵੀਰੇ, ਜਿਹੜਾ ਅਸੀਂ ਪੜਾਓ ਫੇਰਦੇ ਹਾਂ, ਪੜਾਓ ਫੇਰਨ ਦੇ ਨਾਲ ਪਾਣੀ ਖੱਤਿਆਂ 'ਚ ਇੰਨਾ ਕੁ ਜ਼ਿਆਦਾ ਖੜਦਾ ਨਾ ਵੀਰੇ, ਸਿਰਫ ਇੱਕ ਕੱਦੂ ਕਰਨ ਦੇ ਲਈ ਜ਼ਿਆਦਾ ਪਾਣੀ ਦੀ ਲੋੜ ਆ, ਵੀ ਕੱਦੂ ਕਰਨ ਦੇ ਲਈ ਜਨਰੇਟਰ ਪੱਕਾ ਚਾਹੀਦਾ। ਜੇ ਕਿਆਰਾ ਵਿੱਚ ਰਹਿ ਜਾਂਦਾ ਤਾਂ ਉਹ ਪਾਣੀ ਜਦੀ ਸੁੱਕ ਜਾਂਦਾ, ਅਤੇ ਮੁੜ ਕੇ ਦਾ ਵੀਰੇ ਖੱਤੇ 'ਚੋਂ ਪਾਣੀ ਨਹੀਂ ਹਿਲਦਾ ਉਹ ਖੱਤਿਆਂ 'ਚੋਂ। ਆਹ ਸਾਡਾ ਜਮਾਂ ਹੀ ਰੇਤਲਾ ਬਾਣ ਆ, ਇਹ 'ਚੋਂ ਪਾਣੀ ਜਮਾਂ ਹੀ ਨਹੀਂ ਸੁੱਕਦਾ, ਮੋਟਰਾਂ ਬੰਦ ਕਰ ਕਰਕੇ ਰੱਖਣੀ ਪੈਂਦੀ। ਚਲੋ ਇਹ ਮੋਟਰ ਥੋੜ੍ਹੇ ਜਿਹੇ ਖੱਤੇ 'ਤੇ ਆ, ਪਰ ਮੋਟਰ ਬੰਦ ਕਰਕੇ ਸਾਡੇ ਹਰੇਕ ਜਿੰਨਾ ਝੋਨਾ ਹੁਣ ਤੱਕ ਲੱਗਿਆ ਹੋਇਆ, ਆਪਣੇ ਹਰ ਇੱਕ ਖੱਤਿਆਂ ਦੇ ਵਿੱਚ ਪਾਣੀ ਖੜਾ ਵੀਰੇ। ਕੋਈ ਵੀ ਖੱਤਾ ਆਪਣਾ ਇਹੋ ਜਿਹਾ ਨਹੀਂ ਵੀ ਜਿਹੜਾ ਕੋਈ ਖਾਲੀ ਹੋਵੇ ਖੇਤ, ਸਾਰੇ ਖੱਤਿਆਂ ਦੇ ਵਿੱਚ ਪਾਣੀ ਭਰਿਆ ਖੜਾ। ਉਹ ਜ਼ਿਆਦਾ ਪਾਣੀ ਖੜਨ ਦਾ ਕਾਰਨ ਵੀਰੇ ਆਪਣਾ ਪੜਾਓ ਆ, ਕਿਉਂਕਿ ਪੜਾਓ ਦੇ ਨਾਲ ਵਾਹੁਣ ਦੇ ਨਾਲ ਝੋਨੇ ਦਾ ਜਿਹੜਾ ਕੱਦੂ ਆ ਉਹ ਬਹੁਤ ਡੂੰਘਾ ਹੋ ਜਾਂਦਾ। ਡੂੰਘਾ ਕੱਦੂ ਹੋਣ ਦਾ ਵੱਖਰਾ ਹੀ ਸਵਾਦ ਆ, ਚਾਹੇ ਡਾਕਰ ਖੱਤਾ ਚਾਹੇ ਰੇਤਲਾ ਖੱਤਾ, ਪਾਣੀ ਨਹੀਂ ਸੁੱਕਦਾ ਉੱਥੇ। ਹਾਂ ਪਹਿਲਾਂ ਜ਼ਰੂਰ ਔਖਾ, ਜਿਹੜਾ ਕਣਕ ਵਾਲਾ ਵੱਢ ਆ ਉਹ 'ਚ ਪਹਿਲਾਂ ਜ਼ਰੂਰ ਔਖਾ ਪਾਣੀ ਭਰਦਾ, ਇਹ ਨਹੀਂ ਆਪਾਂ ਕੋਈ ਲੁਕੋ ਨਹੀਂ ਆਪਾਂ ਰੱਖਦੇ, ਪਹਿਲਾਂ ਜ਼ਰੂਰ ਔਖਾ ਪਾਣੀ ਭਰਦਾ, ਪਰ ਬਾਅਦ 'ਚੋਂ ਤਾਂ ਫਿਰ ਉਹਦਾ ਨਜ਼ਾਰਾ ਹੀ ਵੱਖਰਾ ਵਾ, ਜਦੋਂ ਪਾਣੀ ਇੰਨਾ ਖੜਦਾ ਉਹਦੇ ਵਿੱਚ, ਖੱਤੇ ਜਦੋਂ ਪਾਣੀ ਇੰਨਾ ਖੜਦਾ ਨਾ ਕਿ ਬਹੁਤ ਹੀ ਨਜ਼ਾਰੇ ਵਾਲਾ ਕੰਮ ਹੁੰਦਾ, ਵੀ ਪਾਣੀ ਸੁੱਕਣ ਦਾ ਨਾਂ ਨਹੀਂ ਲੈਂਦਾ ਇਉਂ ਆ।
ਤੇ ਜੇ ਹੁਣ ਬਹੁਤ ਵੀਰ ਕਹਿੰਦੇ ਆ ਵੀਰੇ ਵੀ ਸਾਡਾ ਝੋਨਾ ਨਹੀਂ ਤੁਰਿਆ, ਵੀਰੇ ਆਪਣੇ ਕਿਸੇ ਝੋਨੇ ਨੂੰ ਕੋਈ ਫਰਕ ਨਹੀਂ, ਨਾਲੇ ਸਾਡੇ ਵੀ ਕੱਲ ਹੀ ਮੀਂਹ ਪਿਆ ਮਾੜਾ ਜਿਹਾ, ਕੋਈ ਬਾਹਲਾ ਨਹੀਂ ਮੀਂਹ ਪਿਆ, ਤੁਸੀਂ ਆਹ ਦਿਲ ਵਾ ਰੇਤਲਾ ਬਹਾਣਾ ਵੀ ਦਰੁੜਿਆ ਦੀਂਦਾ ਮਿੱਟੀ ਥੱਲੇ ਨੂੰ, ਜਮਾਂ ਹੀ ਨਹੀਂ ਕੋਈ ਮਤਲਬ ਹੀ ਨਹੀਂ ਵੀ ਜਮਾਂ ਨਹੀਂ ਮੀਂਹ, ਵੀ ਇੰਨਾ ਨਹੀਂ ਮੀਂਹ ਪਿਆ, ਬਸ ਮਾੜਾ ਮੋਟਾ ਹੀ ਮੀਂਹ ਪਿਆ, ਕੋਈ ਬਾਹਲਾ ਜ਼ਿਆਦਾ ਨਹੀਂ ਸੀਗਾ ਵੀ, ਅਤੇ ਉਹਦੇ ਚੱਕਰ ਦੇ ਵਿੱਚ ਬਸ ਹੁਣ ਕੀ ਕੀਤਾ ਜਾਵੇ, ਕੋਈ ਹੱਲ ਨਹੀਂ। ਅਤੇ ਪਰ ਹਾਂ, ਮਸ਼ੀਨ ਦਾ ਝੋਨਾ ਲਵਾਈ ਬਹੁਤ ਹੀ ਵਧੀਆ ਵਾ, ਜਿਹੜੇ ਵੀਰ ਇਹਨਾਂ ਨੂੰ ਲੇਬਰ ਦੀ ਦਿੱਕਤ ਆਉਂਦੀ ਹੈ ਚੁੱਪ ਕਰਕੇ ਵੀਰੇ ਮਸ਼ੀਨ ਲੈ ਲਓ, ਪਨੀਰੀ ਦੀ ਕੋਈ ਦਿੱਕਤ ਨਹੀਂ ਵੀਰੇ, ਤੁਸੀਂ ਮੈਨੂੰ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ, ਤੁਹਾਡੀ ਹੈਲਪ ਮੈਂ ਕਰੂੰਗਾ ਹਰੇਕ ਵੀਰ ਦੀ ਪਨੀਰੀ ਬੀਜਣ ਦੇ। ਪਰ ਹੁਣ ਹੀ ਨਾ ਪੁੱਛਣ ਲੱਗ ਜਾਇਆ ਕਰੋ ਵੀ ਵੀਰੇ ਪਨੀਰੀ, ਹੁਣ ਬਹੁਤ ਵੀਰਾਂ ਦੇ ਫੋਨ ਆਉਂਦੇ ਆ ਵੀਰੇ ਆਲੂ ਕਿਵੇਂ ਬੀਜੀ ਦੇ ਆ, ਕਿਵੇਂ ਕਰੀਦਾ ਵੀਰੇ, ਹਜੇ ਤਾਂ ਆਲੂਆਂ ਦਾ ਸੀਜ਼ਨ ਆਇਆ ਨਹੀਂ, ਆਉਣ ਦਿਓ। ਹੁਣ ਕਈ ਵੀਰ ਮੈਨੂੰ ਹੁਣ ਫੋਨ ਕਰ ਲੈ ਯਾਰ ਵੀਰੇ ਝੋਨੇ ਵਾਲੀ ਪਨੀਰੀ ਦਾ ਫਿਰ ਕਿਵੇਂ ਆ ਵੀਰੇ, ਹੁਣ ਜਦੋਂ ਗਾਹਾਂ ਸੀਜ਼ਨ ਆਊ ਉਦੋਂ ਆਪਾਂ ਕਰਾਂਗੇ, ਠੀਕ ਨਹੀਂ, ਉਦੋਂ ਕਰਾਂਗੇ ਆਪਾਂ ਸਾਰਾ ਕੁਛ, ਅਤੇ ਨਹੀਂ ਕਾਹਨੂੰ ਕਰਨਾ ਆਪਾਂ, ਹੁਣ ਨਹੀਂ, ਹੁਣ ਨਾ ਕਰੋ। ਅੱਜ ਕੁਦਰਤੀ ਆਪਣੀ ਚੱਕੀ ਚੱਲਦੀ ਸੀ, ਮੈਂ ਕਿਹਾ ਚੱਕੀ ਦਿਖਾਵਾਂ ਵੀਰਾਂ ਨੂੰ, ਆਹ ਦਾਣਾ ਆਪਣਾ ਪੀ ਹੋ ਰਿਹਾ, ਜੌਂ ਆ, ਕਣਕ ਆ, ਵਿੱਚ ਮੱਕੀ ਪਾ ਦੇਈ ਦੀ ਆ ਵਿੱਚ, ਅਤੇ ਹੋਰ ਜਿਹੜਾ ਕੁੱਲ ਟਰੰਬਰ ਟਰੰਬ ਬਚਿਆ ਹੁੰਦਾ ਉਹ ਪਾ ਦੇਈ ਦਾ ਵਿੱਚ, ਦਾਣਾ ਬਣ ਜਾਂਦਾ ਘਰ ਦਾ ਦਾਣਾ, ਨਾ ਮੁੱਲ ਫਿਰ ਲੈ ਕੇ ਆਉਂਦੇ ਆ ਨਾ ਵਾਸਤ, ਬਹੁਤ ਸੁੱਖ ਦਿੰਦੀ ਆ ਚੱਕੀ, ਇਹ ਫ੍ਰੀ ਫੇਸ ਮੋਟਰ ਲਾਈ ਹੋਈ ਆ ਇਹਨੂੰ ਪੰਜ ਦੀ, ਬਸ ਚੱਲੀ ਜਾਂਦਾ ਪੂਰਾ ਵਧੀਆ, ਜਿੰਨਾ ਮਰਜ਼ੀ ਪੀ ਲਓ ਇਹਦੇ ਨਾਲ ਆਟਾ, ਚਾਹੇ ਜੋ ਕੁਛ ਮਰਜ਼ੀ ਕਰੋ। ਅੱਜ ਮੋਟਰਾਂ ਦੀ ਅਦਲਾ ਬਦਲੀ ਕਰਨ ਲੱਗੇ ਹੋਏ ਹਾਂ, ਇਹਦੇ ਵਿੱਚ ਪਾਤੀ 15 ਦੀ, ਇਹ ਬੋਰ ਛੋਟਾ ਵਾ 7 ਇੰਚੀ ਵਾਲਾ, ਇਹ ਪਾਉਣੀ ਆ ਉਹ ਖੂਹ ਵਾਲੇ ਦੇ ਵਿੱਚ, ਖੂਹ ਵਾਲਾ ਬੋਰ ਖਰਾਬ ਹੋ ਗਿਆ, ਉਹ ਸੱਚ ਉਹ ਮੋਟਰ ਜਾਮ ਹੋ ਗਈ ਚੱਲਦੀ ਚੱਲਦੀ ਨਾ, ਉਹ ਜਾਮ ਹੋ ਗਈ ਮੋਟਰ, ਅਤੇ ਇਹ ਸਿੰਗਲ ਛੋਟੇ ਬੋਰ ਵਾਲੀ ਆ 7 ਇੰਚੀ ਬੋਰ ਵਾਲੀ ਮੋਟਰ, ਇਹ ਆਹ ਮੋਟਰ ਹੁਣ ਕੱਢ ਕੇ ਉਹ ਖੂਹ ਵਾਲੇ 'ਚ ਪਾਉਂਦੇ ਹਾਂ, ਖੂਹ ਵਾਲੇ ਦੇ ਵਿੱਚ ਵੀ 12 ਦੀ ਸੀਗੀ, ਇਹ ਵੀ 12 ਦੀ, ਅਤੇ ਪਾਣੀ ਦੇਖ ਲਓ ਕਿੰਨਾ ਗਾ 12 ਦੀ ਦਾ, ਵਧੀਆ ਪਾਣੀ ਆ, ਕੋਈ ਮਾੜਾ ਨਹੀਂ, ਬਹੁਤ ਵਧੀਆ। ਜਨਰੇਟਰ 'ਤੇ ਫਿਰ ਇਹ ਨਾ ਜਦੋਂ ਲਾਈਟ ਆ ਜਾਂਦੀ ਆ ਫਿਰ ਇਹ 2 ਬੋਰ ਚੱਲ ਜਾਂਦੇ ਆ ਜਨਰੇਟਰ 'ਤੇ, ਫਿਰ ਜਨਰੇਟਰ 12 ਖਾ ਜਾਂਦਾ, ਜੇ ਹੁਣ ਇਕੱਲੀ ਇਹਦੇ ਚਲਾਉਂਦੇ ਆ ਫਿਰ ਇਕੱਲੀ 'ਤੇ 12 ਨਹੀਂ ਖਾਂਦਾ ਜਨਰੇਟਰ, ਅਤੇ ਦੋਵਾਂ 'ਤੇ ਫਿਰ ਚਲੋ ਚੱਲੀ ਜਾਂਦਾ ਹੈ ਨਾ, ਉਹ ਵੱਡੀ ਚੱਲਦੀ ਆ ਬਿਜਲੀ 'ਤੇ ਆ ਜਿਹੜੀ, ਇੱਥੇ ਆਪਣੇ 16 ਕਿੱਲੇ ਆ, 16 ਕਿੱਲਿਆਂ 'ਚ ਮੋਟਰ ਇੱਕੋ ਹੀ ਆ, ਬੋਰ ਹੈਗੇ ਆ 2-3, ਅਤੇ ਪਰ ਬਿਜਲੀ ਦਾ ਕਨੈਕਸ਼ਨ ਇੱਕੋ ਹੀ ਆ ਆਪਣਾ, ਅਤੇ ਪਰ ਫਿਰ ਜਨਰੇਟਰ ਲਾਉਣਾ ਹੀ ਪੈਂਦਾ ਇੱਥੇ। ਆਹ ਹੁਣ ਮੋਟਰ ਬਦਲੀ ਹੈ 'ਚ ਪਾਈ ਆ ਦੂਜੀ, ਇਹ ਕੱਢ ਕੇ ਉੱਧਰ ਪਾਉਣ ਲੱਗਿਆਂ, ਉਹ ਖੂਹ ਵਾਲਾ ਬੋਰ ਉਹ ਵੀ ਬੰਦ ਹੀ ਸੀਗਾ, ਹੁਣ ਉਹ 'ਚ ਮੋਟਰ ਪਾ ਕੇ ਉਹਨੂੰ ਚਾਲੂ ਕਰਦੇ ਹਾਂ, ਫਿਰ ਇਹ ਜਨਰੇਟਰ 'ਤੇ 2 ਬੋਰ ਚੱਲ ਜਾਂਦੇ ਆ। ਆਹ ਦੇਖੋ ਦਿੰਦਾ ਨਾ ਕੰਮ ਟਿੱਡਾ ਖੰਭੇ ਥੱਲੇ, ਓਏ ਉਰੇ ਲੈ ਆ, ਰੋਜ ਨੂੰ ਗੇਅਰ ਨਹੀਂ ਲੱਭਦਾ ਵੀ ਕਿੱਥੋਂ ਪੈਣਾ। ਆਹੋ ਫਸਾ ਨਾ ਲਵੇ ਉੱਤੇ,
ਉਹਨੂੰ ਕਹਿ ਲੈਫਟ ਵੀ ਚੱਕ ਲਿਆ ਕਰ। ਛੋਟਾ ਨਾਲ ਬੈਠੋ, ਕਹਿੰਦਾ ਮੇਰਾ ਟਰੈਕਟਰ ਇਹ, ਮੈਂ ਕਿਸੇ ਨੂੰ ਨਹੀਂ ਦੇਣਾ। ਦੇ ਲਓ ਨਹੀਂ ਆ ਥੱਲਿਓ ਖੰਭੇ ਦਿਓ ਕਹੀ ਦੇ ਨਾਲ ਲੋਡ ਕਰਨਾ ਪੈਂਦਾ। ਕੰਮ ਤਾਂ ਸੌਖਾ ਨਾ। ਨਹੀਂ ਅੱਗੇ ਕਈਆਂ ਨਾਲ ਲੱਗੇ ਰਹੋ ਥੱਲਿਓ ਨਾ ਸਫਾਈ ਕਰਨ ਦੇ ਵਿੱਚ, ਕਦੀ ਆਹ ਚੱਕ ਕਦੀ ਉੱਧਰੋਂ ਚੱਕ। ਅਤੇ ਹੁਣ ਚਲੋ ਇਹਦੇ ਆਉਣ 'ਤੇ ਸੌਖਾ ਹੋ ਗਿਆ ਖੰਭਿਆਂ ਤੋਂ ਲਿਓ, ਜਿਵੇਂ ਜਦੋਂ ਆਲੂ ਵੀ ਲਾਉਂਦੇ ਉਦੋਂ ਵੀ ਸਮਾਰ ਕੇ ਥੱਲੇ ਰੋਟਾ ਰੂਟਾ ਵੇਟਰ ਵੱਜ ਜਾ ਕਰੂਗਾ, ਕੋਈ ਦਿੱਕਤ ਨਹੀਂ ਆਏਗਾ ਬਈ। ਪਲਾਓ ਵੱਜਣ ਕਰਕੇ ਨਾ ਪਾਣੀ ਨਹੀਂ ਤੁਰਦਾ ਕਿਆਰੇ 'ਚ, ਮਸਾਂ ਤੁਰਦਾ ਕਿਤੇ ਪਾਣੀ ਹੈ ਨਾ। ਅਤੇ ਪਰ ਹਾਂ ਇੱਕ ਗੱਲ ਦੀ ਇਹ ਗਰੰਟੀ ਆ ਵੀ ਜਦੋਂ ਕੱਦੂ ਹੋ ਜਾਂਦਾ ਫਿਰ ਪਾਣੀ ਹਿਲਦਾ ਕੋਈ ਨਹੀਂ ਪਲਾਓ ਵਾਲੇ ਦੇ ਵਿੱਚ। ਇਹ ਚੀਜ਼ਾਂ ਦਾ ਫਰਕ ਆ ਬਹੁਤ। ਆਹ ਦੇਖੋ ਗਾਰ ਇੰਨੀ ਸੋਹਣੀ ਬਣਦੀ ਹੈ ਨਾ ਖੱਤੇ 'ਚ, ਜਿਵੇਂ ਸਾਲੀ ਨਾ ਵੀ ਬਾਹਲਾ ਹੀ ਡਾਕਰ ਖੱਤਿਆਂ ਦੀ ਗਾਰ ਨਹੀਂ ਹੁੰਦੀ, ਉਹੋ ਜਿਹੀ ਗਾਰ ਬਣ ਜਾਂਦੀ ਹੈ ਰੋਟਾ ਵੇਟਰ। ਇੱਕ ਵਾਰ ਇਹਦੇ ਨਾਲ ਬਹੁੰਦੇ ਹਾਂ ਕਿਉਂਕਿ ਕਿਤੇ ਕਿਤੇ ਨਾ ਟਰੈਕਟਰ ਡੂੰਘਾ ਬਹੁਤ ਚੱਲ ਜਾਂਦਾ। ਹੁਣ ਬਿਨਾਂ ਸੁਹਾਗੇ ਤੋਂ ਆ ਰੋਟਾ ਵੇਟਰ, ਫਿਰ ਮੁੜ ਕੇ ਸੁਹਾਗਾ ਪਾ ਦੇਣਾ, ਨਾਲੇ ਰੋਟਾ ਵੇਟਰ ਲਾਈ ਜਾਣਾ, ਨਾਲੇ ਸੁਹਾਗਾ ਚੱਲੀ ਜਾਣਾ। ਇਹਨੂੰ ਨਿੱਕੇ ਨੂੰ ਦੇਖ ਲਓ, ਕੋਈ ਫਰਕ ਨਹੀਂ ਹੈਗਾ ਕਿ ਚਾਹੇ ਸਾਰੀ ਰਾਤ ਇਹਨੂੰ ਟਰੈਕਟਰ 'ਤੇ ਬਿਠਾਈ ਰੱਖੋ, ਸਾਰਾ ਦਿਨ ਨਾ ਇਹਨੂੰ ਲਾਓ ਥੱਲੇ। ਅਤੇ ਇਹ ਆ ਜੱਟਾਂ ਦਾ ਪੁੱਤਾਂ ਦਾ ਹਾਲ ਦੇਖ ਲਓ, ਕੀ ਪੜ੍ਹਨਾ ਇਹਨਾਂ ਨੇ ਹੈ ਨਾ। ਤੂੰ ਤਾਂ ਹਰ ਬੱਸ 'ਚ ਬੈਠਾ ਵੀ ਆ ਕੇ ਕਹਿ ਦਿਓ ਅੱਜ ਮੈਂ ਟਰੈਕਟਰ ਦੇਖਿਆ ਸੀ ਰਾਹ 'ਚ ਆਉਂਦਾ, ਇਹੋ ਜਿਹੇ ਕੰਮ ਹੈ, ਇਹੋ ਜਿਹਾ ਕੰਮ ਕਰਦਾ ਹੈ।